ਹੁਸ਼ਾਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਚੇਤਨ ਕਾਸ਼ਬ ਸੋ ਦੋਸਤੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹੁਸ਼ਾਰਪੁਰ ਦੀ Shimla ਪਹਾੜੀ ਦੀਆਂ ਕਿਉਂਕਿ ਕਿਸੇ ਵਕਤ ਕਿਹਾ ਜਾਂਦਾ ਸੀ ਕਿ ਹੁਸ਼ਾਰਪੁਰ ਦਾ ਇਹ ਦਿਲ ਹੈ ਕਿਉਂਕਿ ਕਾਫੀ ਜ਼ਿਆਦਾ ਪ੍ਰਸਿੱਧ ਦੇ ਪਾਰਕ ਸੀ ਹੁਸ਼ਾਰਪੁਰ ਦੀ Shimla ਪਹਾੜੀ ਜਿੱਥੇ ਕਿ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਸਵੇਰ ਸ਼ਾਮ ਲੋਕ ਆ ਜਿਹੜੇ ਆਪਣੇ ਬੱਚਿਆਂ ਦੇ ਨਾਲ ਘੁੰਮਣ ਦੇ ਲਈ ਆਉਂਦੇ ਸਨ ਤੇ ਆਪਣਾ ਸਮਾਂ ਬਿਤਾਉਂਦੇ ਸਨ ਪਰੰਤੂ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਸ਼ਿਮਲਾ ਪਹਾੜੀ ਆ ਜਿਹੜੀ ਇਸ ਦਾ ਜਿਹੜਾ ਇਤਿਹਾਸ ਹੈ ਉਹ ਸਿਰਫ ਤੇ ਸਿਰਫ ਕਾਗਜ਼ਾਂ ਵਿੱਚ ਹੀ ਦਫਨ ਹੋ ਕੇ ਰਹਿ ਚੁੱਕਿਆ ਹੈ ਤੇ ਅੱਜ ਇਸ ਸ਼ਿਮਲਾ ਪਹਾੜੀ ਪਾਰਕ ਦੇ ਹਾਲਾਤ ਅਜਿਹੇ ਬਣ ਚੁੱਕੇ ਨੇ ਜਿਸ ਨੂੰ ਚਾਕੇ ਵੀ ਸ਼ਬਦਾਂ ਦੇ ਵਿੱਚ ਬਿਆਨ ਹੈ ਜਿਹੜਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਸ਼ਿਮਲਾ ਪਹਾੜੀ ਦੇ ਵਿੱਚ ਨਾ ਤਾਂ ਸਫਾਈ ਨਾਮ ਦੀ ਕੋਈ ਚੀਜ਼ ਹੈ ਤੇ ਨਾ ਹੀ ਉੱਥੇ ਕਿਸੇ ਵਿਅਕਤੀ ਦੇ ਆਉਣ ਜਾਣ ਦਾ ਹੀ ਕੋਈ ਸਾਧਨ ਹੈ ਸਾਧਨ ਤੋਂ ਭਾਵ ਹੈ ਕਿਉਂਕਿ ਜੇਕਰ ਸ਼ਿਮਲਾ ਪਹਾੜੀ ਦੇ ਵਿੱਚ ਸਫਾਈ ਨਹੀਂ ਹੋਵੇਗੀ ਤਾਂ ਸ਼ਹਿਰ ਦਾ ਕੋਈ ਵੀ ਵਸਿੰਦਾ ਹੈ ਚਾਹੇ ਉਹ ਬਜ਼ੁਰਗ ਹੈ ਚਾਹੇ ਉਹ ਨੌਜਵਾਨ ਹੈ ਚਾਹੇ ਉਹ ਬੱਚੇ ਨੇ ਤਾਂ ਉਥਾਂ ਤੇ ਜਾਨੂ ਕੋਈ ਵੀ ਤਰਜੀ ਨਹੀਂ ਦਿੰਦਾ ਕੋਈ ਵੀ ਇਸ ਪਾਰਕ ਨੂੰ ਹੁਣ ਪਸੰਦ ਹੈ ਜਿਹੜਾ ਨਹੀਂ ਕਰਦਾ ਪਸੰਦ ਅਸਲੇ ਨਹੀਂ ਕਰਦਾ ਕਿਉਂਕਿ ਅੱਜ ਵੀ ਇਹ ਪਾਰਕ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਹੈ ਲੋਕ ਇਸ ਨੂੰ ਬਹੁਤ ਮਹੱਤਤਾ ਦਿੰਦੇ ਨੇ ਕਿਉਂਕਿ ਜਿਵੇਂ ਕਿ ਮੈਂ ਪਹਿਲਾਂ ਕਹਿ ਚੁੱਕਿਆ ਕਿ ਕਿਸੇ ਵਕਤੇ ਹੁਸ਼ਿਆਰਪੁਰ ਸ਼ਹਿਰ ਦਾ ਇਹ ਪਾਰਕ ਹੈ ਜਿਹੜੀ ਇਹ ਦਿਲ ਕਹੀ ਜਾਂਦੀ ਸੀ ਸ਼ਿਮਲਾ ਪਹਾੜੀ ਇਸ ਨੂੰ ਨਾਮ ਦਿੱਤਾ ਗਿਆ ਕਿਉਂਕਿ ਜਿਵੇਂ ਕਿ ਆਪਾਂ ਅਕਸਰ ਵੇਖਦੇ ਹਾਂ ਕਿ ਪਹਾੜੀ ਸੂਬਿਆਂ ਦੇ ਵਿੱਚ ਰਸਤੇ ਬਣੇ ਹੁੰਦੇ ਨੇ ਸੋ ਇਸੇ ਤਰ੍ਹਾਂ ਦੇ ਠੀਕ ਰਸਤੇ ਇਸ ਸ਼ਿਮਲਾ ਪਹਾੜੀ ਪਾਰਕ ਦੇ ਵਿੱਚ ਬਣੇ ਹੋਏ ਨੇ। ਪਰੰਤੂ ਜੇਕਰ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਜਿੱਥੇ ਸਫਾਈ ਨਾਮ ਦੀ ਕੋਈ ਵੀ ਵਿਵਸਥਾ ਇਸ ਪਾਰਕ ਦੇ ਵਿੱਚ ਨਹੀਂ ਹੈ। ਉੱਥੇ ਹੀ ਅੱਜ ਦੇ ਸਮੇਂ ਦੇ ਵਿੱਚ ਇਹ ਪਾਰਕ ਹੈ ਸਿਰਫ ਤੇ ਸਿਰਫ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਚੁੱਕੀ ਹੈ। ਹੁਸ਼ਿਆਰਪੁਰ ਦੀ ਇਸ ਪਾਰਕ ਦੇ ਵਿੱਚ ਬੇਸ਼ੱਕ ਸਫਾਈ ਤੁਹਾਨੂੰ ਨਹੀਂ ਨਜ਼ਰ ਆਵੇਗੀ ਪਰੰਤੂ ਸ਼ਰਾਬ ਦੀਆਂ ਬੋਤਲਾਂ ਬੀਅਰ ਦੀਆਂ ਪੋਤਲਾ ਤੇ ਹੋਰ ਤੰਬਾਕੂ ਨੂਮਾ ਪਦਾਰਥਾਂ ਨਾਲ ਸੰਬੰਧਿਤ ਹੈ ਜੋ ਲਿਫਾਫੇ ਆ ਇਸ ਪਾਰਕ ਦੇ ਵਿੱਚ ਤੁਹਾਨੂੰ ਜ਼ਰੂਰ ਮਿਲਣਗੇ ਸੋ ਹੋ ਸਕਦਾ ਹੈ ਕਿ ਇਹੀ ਕਾਰਨ ਹੈ ਕਿ ਸਮੇਂ ਦੇ ਹਿਸਾਬ ਨਾਲ ਜਿਹੜੇ ਬਜ਼ੁਰਗ ਨੇ ਜਦ ਬੱਚੇ ਨੇ ਜਦ ਆਪਣੇ ਮਾਪਿਆਂ ਦੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਇਸ ਥਾਂ ਤੇ ਲਿਜਾਣ ਤੋਂ ਗੁਰੇਜ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਸਮੇਂ ਦੀਆਂ ਸਰਕਾਰਾਂ ਨੇ ਇਸ ਪਾਰਕ ਦੇ ਸੁਧਾਰ ਨੂੰ ਲੈ ਕੇ ਜੇਕਰ ਕੁਝ ਕੀਤਾ ਤਾਂ ਸਿਰਫ ਤੇ ਸਿਰਫ ਫੋਕੀ ਬਿਆਨਬਾਜ਼ੀ ਕੀਤੀ ਹੈ ਚਾਹੇ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਹੈ ਚਾਹੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ 2017 ਤੋਂ ਪਹਿਲਾਂ ਅਕਾਲੀ ਭਾਜਪਾ ਦੀ ਵੀ ਸਰਕਾਰ ਰਹੀ ਹੋਵੇ ਪਰੰਤੂ ਕਿਸੇ ਵੀ ਵਿਅਕਤੀ ਵੱਲੋਂ ਇਸ ਪਾਰਕ ਦੇ ਧਿਆਨ ਵੱਲ ਕਦੇ ਵੀ ਕੋਈ ਇਸ ਨੂੰ ਤਵੱਜੋ ਨਹੀਂ ਦਿੱਤੀ ਗਈ ਹੈ ਸੋ ਸਭ ਤੋਂ ਵੱਡੀ ਗੱਲ ਕੀ ਹੈ ਕਿ ਇਸ ਪਾਰਕ ਦੇ ਨਾਲ ਠੀਕ ਹੁਸ਼ਾਰਪੁਰ ਦੇ ਮੇਅਰ ਦਾ ਸਰਕਾਰੀ ਘਰ ਹੈ ਤੇ ਜੇਕਰ ਆਪਾਂ ਮੇਅਰ ਦੇ ਸਰਕਾਰੀ ਘਰ ਦੇ ਵਿੱਚ ਇੱਕ ਨਜ਼ਰ ਮਾਰੀਏ ਤਾਂ ਉੱਥੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੰਦਗੀ ਹੈ ਜਿਹੜੀ ਨਜ਼ਰ ਨਹੀਂ ਆਉਂਦੀ ਹੈ ਸੋ ਦੂਜੇ ਪਾਸੇ ਜੇਕਰ ਆਪਾਂ ਸ਼ਿਮਲਾ ਪਹਾੜੀ ਪਾਰਕ ਦੀ ਗੱਲ ਕਰੀਏ ਤਾਂ ਇੱਥੇ ਜਦੋਂ ਨਜ਼ਰ ਮਾਰਦੇ ਆ ਤਾਂ ਸਿਵਾਏ ਗੰਦਗੀ ਤੋਂ ਹੋਰ ਕੁਝ ਵੀ ਨਜ਼ਰ ਆ ਜਿਹੜਾ ਨਹੀਂ ਆਉਂਦਾ ਸੋ ਮੈਂ ਤਾਂ ਹੁਸ਼ਿਆਰਪੁਰ ਦੇ ਮੇਅਰ ਸ੍ਰਿੰਦਰ ਕੁਮਾਰ ਸ਼ਿੰਦਾ ਜੀ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਭਾਈ ਸਾਹਿਬ ਤੁਹਾਡੇ ਸਰਕਾਰੀ ਘਰ ਦੇ ਨਾਲੇ ਪਾਰਕ ਮੌਜੂਦ ਹੈ ਕਿਉਂਕਿ ਤੁਹਾਡੇ ਘਰ ਦੀ ਕੰਧ ਦੇ ਨਾਲ ਕੰਧ ਦੇ ਨਾਲ ਇਸ ਪਾਰਕ ਦੀ ਕੰਧ ਲੱਗਦੀ ਹੈ ਬੇਸ਼ੱਕ ਤੁਸੀਂ ਉੱਥੇ ਪਲਾਸਟਿਕ ਦੀਆਂ ਸ਼ੀਟਾਂ ਲਗਵਾਈਆਂ ਹੋਈਆਂ ਨੇ ਪਰantu ਜੇਕਰ ਉਸ ਉਹਨਾਂ ਸ਼ੀਟਾਂ ਤੋਂ ਆਪਾਂ ਅੰਦਰ ਹੋ ਕੇ ਜਾਂ ਉਸ ਤੋਂ ਬਾਹਰ ਹੋ ਕੇ ਉਹਨਾਂ ਨੂੰ ਵੇਖਦੇ ਆਂ ਤੇ ਪਾਰਕ ਦੀ ਅਸਲ ਸਚਾਈ ਮੇਅਰ ਸਾਹਿਬ ਕੀ ਹੈ ਉਹ ਤੁਹਾਡੇ ਸਾਹਮਣੇ ਆ ਜਾਵੇਗੀ ਇਸ ਤੋਂ ਪਹਿਲਾਂ ਵੀ ਅਧਾਰਾ ਹੁਸ਼ਾਰਪੁਰ ਨਿਊਜ਼ ਇਸ ਪਾਰਕ ਦਾ ਮੁੱਦਾ ਚੁੱਕ ਚੁੱਕਿਆ ਹੈ ਪਰantu ਪਤਾ ਨਹੀਂ ਬੇਸ਼ਰਮ ਸਰਕਾਰਾਂ ਤੇ ਪ੍ਰਸ਼ਾਸਨ ਦੇ ਕਰਨ ਤੇ ਕੋਈ ਵੀ ਜੂ ਹੈ ਕਿਉਂ ਨਹੀਂ ਸਰਕਦੀ ਹੈ ਸੋ ਸਭ ਤੋਂ ਵੱਡੀ ਗੱਲ ਹੈ ਇਹ ناکਾਮਯਾਬੀ ਹੈ ਜਿਹੜੀ ਇਹ ਸਭ ਤੋਂ ਵੱਡੀ ناکਾਮੀ ਹੈ ਉਹ ਹੁਸ਼ਾਰਪੁਰ ਦੇ ਮੇਅਰ ਸਾਹਿਬ ਦੀ ਹੈ ਸਿੱਧੇ ਤੌਰ ਤੇ ਕਹਾਂਗਾ ਕਿਉਂਕਿ ਮੇਅਰ ਸਾਹਿਬ ਦਾ ਘਰ ਸ਼ਿਮਲਾ ਪਹਾੜੀ ਦੀ ਕੰਦ ਦੇ ਨਾਲ ਕੰਦ ਲੱਗਦੀ ਆ ਉਹਨਾਂ ਦੇ ਸਰਕਾਰੀ ਘਰ ਦੀ ਤੇ ਜੇਕਰ باوجود ਇਸਤੇ ਸ਼ਿਮਲਾ ਪਹਾੜੀ ਪਾਰਕ ਦੇ ਹਾਲਾਤ ਅਜੇ ਹੋਣਗੇ ਤਾਂ ਫਿਰ ਬਾਕੀ ਸ਼ਹਿਰ ਦਾ ਤਾਂ ਇੰਜ ਕਿਹਾ ਜਾ ਸਕਦਾ ਹੈ ਕਿ ਰੱਬ ਹੀ ਰੱਖਾ ਹੋਵੇਗਾ ਕਿ ਜੇਕਰ ਮੇਅਰ ਸਾਹਿਬ ਤੁਹਾਡੇ ਤੋਂ ਇਸ ਪਾਰਕ ਦਾ ਸੁਧਾਰ ਨਹੀਂ ਕਰਵਾ ਹੋਇਆ ਤਾਂ ਹੋਰਨਾ ਪਾਰਕਾਂ ਦੇ ਸੁਧਾਰ ਦੀ ਤੁਹਾਡੇ ਤੋਂ ਅਸੀਂ ਜਾਂ ਹੁਸ਼ਿਆਰਪੁਰ ਦੇ ਲੋਕ ਸ਼ਹਿਰੀਏ ਕੀ ਉਮੀਦ ਕਰ ਸਕਦੇ ਨੇ ਦੂਜੇ ਪਾਸੇ ਜੇਕਰ ਆਪਾਂ ਮੰਤਰੀ ਸਾਹਿਬਾਨ ਦੀ ਗੱਲ ਕਰਦੇ ਹਾਂ ਤਾਂ ਕੁਝ ਦਿਨ ਪਹਿਲਾਂ ਮੰਤਰੀ ਸਾਹਿਬਾਨ ਦਾ ਬਿਆਨ ਆਉਂਦਾ ਅਖਬਾਰਾਂ ਦੇ ਵਿੱਚ ਬਿਆਨ ਆਉਂਦਾ ਕਿਉਂਕਿ ਉਹ ਜ਼ਿਆਦਾ ਹਕੀਕਤ ਦੇ ਵਿੱਚ ਮੈਨੂੰ ਲੱਗਦਾ ਕੰਮ ਕਰਨ ਦੀ بجائے ਬਿਆਨ ਦੇਣ ਨੂੰ ਜ਼ਿਆਦਾ ਤਰਜੀਹ ਮਾਂਦੇ ਨੇ ਉਸ ਨੂੰ ਜ਼ਿਆਦਾ ਵਿਕਾਸ ਮੰਨਦੇ ਨੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਕਿ ਹੁਸ਼ਾਰਪੁਰ ਦੀਆਂ ਪਾਰਕਾਂ ਦੀ ਹੈ ਜਿਹੜੀ ਨੁਹਾਰ ਬਦਲੀ ਜਾਵੇਗੀ ਸਪਾਈ ਸਾਹਿਬ ਇਸ ਪਾਰਕ ਤੋਂ ਸ਼ੁਰੂਆਤ ਕਰਦੇ ਹੋ ਕਿਉਂਕਿ ਤੁਹਾਡੇ ਵਾਰਡ ਦੇ ਵਿੱਚ ਵੀ ਇੱਕ ਗ੍ਰੀਨ 뷰 ਪਾਰਕ ਆਉਂਦੀ ਹੈ ਉਸ ਦਾ ਵੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ ਬਹੁਤ ਲੋਕ ਆ ਜਿਹੜੇ ਉਸ ਪਾਰਕ ਦੇ ਵਿੱਚ ਬੱਚੇ ਜਿਹੜੇ ਖੇਡ ਕੇ ਜਵਾਨ ਹੋਏ ਨੇ ਨੌਜਵਾਨ ਹੋਏ ਨੇ ਤੇ ਹੁਣ ਤਾਂ ਸ਼ਾਇਦ ਉਹ ਬਜ਼ੁਰਗ ਅਵਸਥਾ ਦੇ ਵਿੱਚ ਵੀ ਪਹੁੰਚ ਚੁੱਕੇ ਹੋਣਗੇ ਤੇ ਮੰਤਰੀ ਸਾਹਿਬ ਤੁਹਾਡੇ ਕੋਲ ਵੀ ਉਸ ਪਾਰਕ ਦਾ ਜਿਹੜਾ ਸੁਧਾਰ ਅਜ ਤੱਕ ਨਹੀਂ ਹੋਇਆ ਸੋ ਜੇਕਰ ਆਪਾਂ ਮੇਅਰ ਸਾਹਿਬ ਦੀ ਗੱਲ ਕਰੀਏ ਤਾਂ ਮੇਅਰ ਸਾਹਿਬ ਰੱਬ ਦਾ ਵਾਸਤਾ ਤੁਸੀਂ ਵੀ ਹੁਸ਼ਿਆਰਪੁਰ ਸ਼ਹਿਰ ਲਈ ਕੁਝ ਮਾੜਾ ਮੋਟਾ ਚੰਗਾ ਕਰੋ ਕਿਉਂਕਿ ਨਾ ਤਾਂ ਸ਼ਹਿਰ ਦੇ ਵਿੱਚ ਸਫਾਈ ਦੀ ਕੋਈ ਵਿਵਸਥਾ ਹੈ ਤੇ ਨਾ ਹੀ ਤੁਸੀਂ ਨਜਾਇਜ਼ ਕਬਜ਼ਿਆਂ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰ ਸਕਿਓ ਨਾ ਆਵਾਰਾ ਪਸ਼ੂਆਂ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਕਰ ਸਕਿਓ ਤੇ ਨਾ ਹੀ ਕੋ ਹੁਸ਼ਾਰਪੁਰ ਦੇ ਆਪਾਂ ਸੁਨਦਰੀਕਰਨ ਦੀ ਗੱਲ ਕਰੀਏ ਤਾਂ ਉਸ ਲਈ ਵੀ ਤੁਹਾਡੇ ਵੱਲੋਂ ਜਾਨਕੀ ਨਗਰ ਰਿੰਗ ਵੱਲੋਂ ਜਾਂ ਮੌਜੂਦਾ ਸਰਕਾਰ ਵੱਲੋਂ ਕੋਈ ਵਧੀਆ ਕਦਮ ਹੈ ਜਿਹੜਾ ਨਹੀਂ ਚੁੱਕਿਆ ਗਿਆ ਸੋ ਰੱਬ ਦਾ ਵਾਸਤਾ ਇਸ ਪਾਰਕ ਦੀ ਸਫਾਈ ਹੈ ਜਿਹੜੀ ਜ਼ਰੂਰ ਕਰਵਾਈ ਜਾਵੇ ਤਾਂ ਜੋ ਲੋਕ ਇੱਕ ਵਾਰ ਮੁਰਤੋ ਕਹਿ ਸਕਣ ਕਿ ਹਾਂ ਭਾਈ ਇਹ ਹੁਸ਼ਾਰਪੁਰ ਦਾ ਦਿਲ ਹੈ ਤੇ ਹੁਸ਼ਾਰਪੁਰ ਦਾ ਇਹ ਦਿਲ ਹੀ ਰਹਿਣਾ ਸੋ ਪਾਰਕ ਦੇ ਵਿੱਚ ਜਿੱਥੇ ਸਫਾਈ ਨਾਮ ਦੀ ਕੋਈ ਵੀ ਵਿਵਸਥਾ ਨਹੀਂ ਹੈ ਉੱਥੇ ਹੀ ਉੱਥੇ ਆਪਾਂ ਕੁਝ ਸ਼ਕੀ ਨੌਜਵਾਨ ਵੀ ਆ ਜਿਹੜੇ ਉਹ ਆਪਾਂ ਆਮ ਤੌਰ ਤੇ ਉੱਥੇ ਵੇਖ ਸਕਦੇ ਆ ਕਿਉਂਕਿ ਹਰ ਇੱਕ ਵਿਅਕਤੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਜੇਕਰ ਕੋਈ ਵਿਅਕਤੀ ਉਸਤਾਦ ਤੇ ਉਸ ਗੇੜਾ ਮਾਰਨ ਜਾਂਦਾ ਹੋਵੇਗਾ ਤਾਂ ਉਸਤਾਦ ਉਸ ਨੂੰ ਕੀ ਨਜ਼ਰ ਆਉਂਦਾ ਹੋਵੇਗਾ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਰ ਪਰ ਨਿਊਜ਼ ਦੇ ਨਾਲ ਵੀ ਆਰ ਅ ਮਲਟੀ ਕਲਚਰਲ ਨੈਟਵਰਕ ਕਮਿਊਨਿਟੀ ਵੀ ਗਰੂਮ ਕੰਫੀਡੈਂਟ ਗਲੋਬਲ ਸਿਟੀਜ਼ਨ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ